जो इतने राजीव वर्मा चमचा धारीवाल का ओके खिलाफ असि रोस मार्च कर रहे हैं। ਉਹਨੂੰ ਦੱਸਣਾ ਚਾਹੁੰਦੇ ਆ ਚਮਚਾ ਜੀ ਤੁਸੀਂ ਪਵਾੜੇ ਕਮਿਸ਼ਨਰ ਆਏ ਲੋਕਾਂ ਦੀ ਸੇਵਾ ਕਰਨ ਲਈ ਤੁਸੀਂ ਧਾਰੀਵਾਲ ਸਾਹਿਬ ਵਾਸਤੇ ਨਹੀਂ ਕਮਿਸ਼ਨਰ ਆਏ ਤੁਸੀਂ ਜਿਹੜੇ ਬਿਆਨ ਦਿੰਦੇ ਆ ਵੀ ਸਵੇਰੇ ਨਕਸ਼ਾ ਲਾ ਦਿੱਤਾ ਜਾਊ ਸਵੇਰੇ ਲਾ ਦਿੱਤਾ ਜਾਊ ਸ਼ਾਮ ਨੂੰ ਲਾਇਆ ਕਿੱਥੇ ਆ ਇੱਥੋਂ ਕਮਿਸ਼ਨਰ ਦੀ ਨਲੈਕੀ ਕਰਕੇ ਅੱਜ ਸਾਨੂੰ ਇਹ ਦਿਨ ਦੇਖਣੇ ਪਏ ਮੈਂ ਮੰਗ ਕਰਦਾ ਵੀ ਇਹਦੇ ਖਿਲਾਫ ਪਰਚਾ ਦਰਜ ਕਰਕੇ ਇਹਨੂੰ ਇੱਥੋਂ ਸਸਪੈਂਡ ਕਰਕੇ ਇੱਥੇ ਕਾਰਵਾਈ ਹੋਣੀ ਚਾਹੀਦੀ ਆ। ਨਗਰ ਨਿਗਮ ਫਗਵਾੜਾ ਵੱਲੋਂ ਬੀਤੇ ਦਿਨੀ ਕੀਤੀ ਗਈ ਬਾੜਬੰਦੀ ਨੂੰ ਲੈ ਕੇ ਬਣਾਇਆ ਗਿਆ ਨਕਸ਼ਾ ਨਿਗਮ ਵਿਖੇ ਲਗਾਏ ਨਾ ਜਾਣ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਅਕਾਲੀ ਦਲ ਬਾਦਲ ਦੇ ਵਰਕਰਾਂ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਵੱਲੋਂ ਨਿਗਮ ਕਮਿਸ਼ਨਰ ਰਾਜੀਵ ਵਰਮਾ ਦੇ ਦਫ਼ਤਰ ਦੇ ਬਾਹਰ ਧਰਨੇ ਦਿੱਤੇ ਗਏ। ਇਸ ਦੌਰਾਨ ਦੋਵਾਂ ਪਾਰਟੀਆਂ ਨੇ ਨਿਗਮ ਦੇ ਕਮਿਸ਼ਨਰ ਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇੱਥੋਂ ਤੱਕ ਕਿ ਸਾਬਕਾ ਮੇਅਰ ਅਰੁਣ ਖੋਸਲਾ ਨੇ ਨਿਗਮ ਕਮਿਸ਼ਨਰ ਰਾਜੀਵ ਵਰਮਾ ਨੂੰ ਧਾਲੀਵਾਲ ਦਾ ਚਮਚਾ ਕਹਿ ਦਿੱਤਾ। ਖੋਸਲਾ ਨੇ ਚੈਲੇਂਜ ਕਰਦਿਆਂ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਨੇ ਨਕਸ਼ਾ ਲੁਕੋ ਲਿਆ ਸੀ ਕਿਉਂਕਿ ਕਾਂਗਰਸ ਨੇ ਪਹਿਲਾਂ ਹੀ ਹਾਰ ਮੰਨ ਲਈ ਸੀ। ਭਾਜਪਾ ਨੇਤਾ ਪਰਮਜੀਤ ਪੰਮਾ ਨੇ ਕਿਹਾ ਕਿ ਭਾਜਪਾ ਵੱਲੋਂ ਧਰਨਾ ਪ੍ਰਦਰਸ਼ਨ ਲਗਾਉਣ ਦੇ ਦਿੱਤੇ ਬਿਆਨ ਤੋਂ ਬਾਅਦ ਹੀ ਨਿਗਮ ਨੇ ਅੱਜ ਸਵੇਰੇ ਇਹ ਨਕਸ਼ਾ ਲਗਾਇਆ ਹੈ, ਜਦਕਿ ਇਹ ਪਹਿਲਾਂ ਹੀ ਲਗਾਉਣਾ ਚਾਹੀਦਾ ਸੀ। ਉਹਨਾਂ ਮੰਗ ਕੀਤੀ ਕਿ ਕਮਿਸ਼ਨਰ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਜੋ ਇੱਥੇ ਰਾਜੀਵ ਵਰਮਾ ਚਮਚਾ ਧਾਰੀਵਾਲ ਦਾ ਉਹਦੇ ਖਿਲਾਫ਼ ਅਸੀਂ ਅੱਜ ਰੋਸ ਮਾਰਚ ਕਰ ਰਹੇ ਹਾਂ, ਉਹਨੂੰ ਦੱਸਣਾ ਚਾਹੁੰਦੇ ਹਾਂ ਚਮਚਾ ਜੀ ਤੁਸੀਂ ਪਵਾੜੇ ਕਮਿਸ਼ਨਰ ਆਏ ਲੋਕਾਂ ਦੀ ਸੇਵਾ ਕਰਨ ਲਈ, ਜਿਹੜਾ ਸ਼ਹਿਰ 'ਚ ਟੈਕਸ ਲੈਂਦੇ ਹਾਂ, ਜਿਹੜਾ ਲੋਕਾਂ ਨੂੰ ਪਾਣੀ ਦੇ ਬਿੱਲ ਦਿੰਦੇ ਹਾਂ, ਜੋ ਵੀ ਲੋਕਾਂ ਦਾ ਸ਼ਹਿਰ 'ਚ ਡਿਵੈਲਪਮੈਂਟ ਔਰ ਵਿਕਾਸ ਦੇ ਨਾਂ 'ਤੇ ਤੁਹਾਨੂੰ ਜਿਹੜਾ ਪੈਸਾ ਦਿੰਦੇ ਆ, ਤੁਸੀਂ ਉਹਨਾਂ ਵਾਸਤੇ ਕਮਿਸ਼ਨਰ ਆਏ ਆ, ਤੁਸੀਂ ਧਾਰੀਵਾਲ ਸਾਹਿਬ ਵਾਸਤੇ ਨਹੀਂ ਕਮਿਸ਼ਨਰ ਆਏ। ਅੱਜ ਤੁਸੀਂ ਜੋ ਪਵਾੜੇ ਵਿੱਚ ਅੱਜ 3 ਦਿਨ ਹੋ ਗਏ ਨਕਸ਼ਾ ਤੁਸੀਂ ਲਾਇਆ ਨਹੀਂ, ਅੱਜ ਸਵੇਰੇ ਸਾਡੇ ਸਾਹਮਣੇ ਨਕਸ਼ਾ ਲਾਇਆ ਗਿਆ। ਤੁਸੀਂ ਜਿਹੜੇ ਬਿਆਨ ਦਿੰਦੇ ਆ ਵੀ ਸਵੇਰੇ ਨਕਸ਼ਾ ਲਾ ਦਿੱਤਾ ਜਾਊ ਸਵੇਰੇ ਲਾ ਦਿੱਤਾ ਜਾਊ ਸ਼ਾਮ ਨੂੰ ਲਾ, ਲਾਇਆ ਕਿੱਥੇ ਆ? ਅਸੀਂ ਕੱਲ ਸਾਰੀ ਦਿਹਾੜੀ ਇੱਥੇ ਫਿਰਦੇ ਰਹੇ ਆ, ਤੁਸੀਂ ਨਾ ਇੱਥੇ ਆਏ ਆ ਨਾ ਵੀ ਲੱਭੇ ਆ। ਤੁਹਾਨੂੰ ਇਹ ਅਸੀਂ ਚੈਲੇਂਜ ਕਰਦੇ ਆ ਪਵਾੜਾ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਇੱਕ ਕਾਰਜਕਰਤਾ, ਜੇ ਤੁਸੀਂ ਇੱਦਾਂ ਹੀ ਚੱਲਣਾ ਤਾਂ ਅੰਦਰ ਕਾਂਗਰਸ ਦਾ ਝੰਡਾ ਲਾ ਲਓ ਤੇ ਤੁਸੀਂ ਕਾਂਗਰਸ ਦੇ ਇੱਥੇ ਰਾਜੀਵ ਵਰਮਾ ਜੀ ਬਣ ਜਾਓ। ਤੁਸੀਂ ਦੱਸ ਦਿਓ ਲੋਕਾਂ ਨੂੰ ਵੀ ਮੈਂ ਕਾਂਗਰਸੀ ਆ, ਜੋ ਅੱਜ ਤੁਸੀਂ ਧੱਕੇਸ਼ਾਹੀ ਧਾਰੀਵਾਲ ਦੇ ਕਹਿਣ ਤੇ ਕਰ ਰਹੇ ਹੋ ਇਹਨੂੰ ਬੰਦ ਕਰ ਦਿਓ। ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪਵਾੜੇ ਕਮਿਸ਼ਨਰ ਦੇ ਖਿਲਾਫ ਜਿਹੜਾ ਇੱਥੇ ਧਰਨਾ ਦਿੱਤਾ ਗਿਆ, ਜੋ ਕਿ ਇੱਥੋਂ ਕਮਿਸ਼ਨਰ ਦੀ ਨਲੈਕੀ ਕਰਕੇ ਅੱਜ ਸਾਨੂੰ ਇਹ ਦਿਨ ਦੇਖਣੇ ਪਏ, ਜੋ ਇਹਨਾਂ ਨੇ ਵਾਰਡਬੰਦੀ 'ਚ ਧੋਖੇਬਾਜ਼ੀ ਕੀਤੀ ਹੈ, ਤੋੜ ਭੰਨ ਕੀਤੀ ਹੈ, ਔਰ ਕਮਿਸ਼ਨਰ ਨੇ ਜਿਹੜਾ ਨਕਸ਼ੇ ਨੂੰ ਲੁਕੋ ਕੇ ਰੱਖਿਆ, ਅੱਜ ਸਵੇਰੇ 9:30 ਲਗਾਇਆ, ਔਰ ਮੈਂ ਮੰਗ ਕਰਦਾ ਵੀ ਇਹਦੇ ਖਿਲਾਫ਼ ਪਰਚਾ ਦਰਜ ਕਰਕੇ ਇਹਨੂੰ ਇੱਥੋਂ ਸਸਪੈਂਡ ਕਰਕੇ ਇੱਥੇ ਕਾਰਵਾਈ ਹੋਣੀ ਚਾਹੀਦੀ ਆ, ਕਿਉਂਕਿ ਇਹਨੇ ਲੋਕਾਂ ਦੀਆਂ ਭਾਵਨਾ ਦੇ ਨਾਲ ਖਿਲਵਾੜ ਕੀਤਾ। ਕੱਲ੍ਹ ਸਾਰਾ ਮੀਡੀਆ ਇੱਥੇ ਫਗਵਾੜੇ ਦਾ ਪਹੁੰਚਿਆ ਸੀ, ਕਿਸੇ ਪਾਸੇ ਬਾਹਰ ਨਕਸ਼ਾ ਨਹੀਂ ਲਗਾਇਆ ਗਿਆ। ਅੱਜ 9:30 ਸਵੇਰੇ ਨਕਸ਼ਾ ਲਗਾਇਆ, ਜਿਹਦੀ ਅਸੀਂ ਪ੍ਰੋਪਰ ਵੀਡੀਓਗ੍ਰਾਫੀ ਵੀ ਕੀਤੀ ਆ, ਔਰ ਅਸੀਂ ਮੰਗ ਕਰਦੇ ਹਾਂ ਵੀ ਇਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ। ਉਧਰ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾਵਾਂ ਤੇ ਵਰਕਰਾਂ ਵੱਲੋਂ ਵੀ ਨਿਗਮ ਵੱਲੋਂ ਨਕਸ਼ਾ ਨਾ ਲਗਾਏ ਜਾਣ ਦੇ ਵਿਰੋਧ 'ਚ ਨਿਗਮ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅਕਾਲੀ ਦਲ ਦੇ ਨੇਤਾਵਾਂ ਨੇ ਵੀ ਪੰਜਾਬ ਸਰਕਾਰ ਅਤੇ ਨਿਗਮ ਖਿਲਾਫ਼ ਚੰਮ ਕੇ ਨਾਅਰੇਬਾਜ਼ੀ ਕੀਤੀ। ਨਿਗਮ ਦੇ ਸਾਬਕਾ ਡਿਪਟੀ ਮੇਅਰ ਅਤੇ ਸੀਨੀਅਰ ਅਕਾਲੀ ਨੇਤਾ ਰਣਜੀਤ ਸਿੰਘ ਖੁਰਾਨਾ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਜਦਕਿ ਕਾਂਗਰਸ ਪਾਰਟੀ ਨਾਲ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਵੀ ਰਲੇ ਹੋਏ ਹਨ। ਉਹਨਾਂ ਕਿਹਾ ਕਿ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਲੈ ਕੇ ਹੀ ਇਹ ਸਭ ਧਾਂਦਲੀਆਂ ਹੋ ਰਹੀਆਂ ਹਨ। ਖੁਰਾਨਾ ਨੇ ਕਿਹਾ ਕਿ ਨਿਗਮ ਵੱਲੋਂ ਧਰਨੇ ਤੋਂ ਬਾਅਦ ਹੀ ਸਵੇਰੇ 11:00 ਨਕਸ਼ਾ ਲਗਾਇਆ ਗਿਆ ਹੈ, ਜਦਕਿ ਬਾੜਬੰਦੀ ਨਾਲ ਵੀ ਛੇੜਛਾੜ ਕੀਤੀ ਗਈ ਹੈ, ਜੋ ਕਿ ਸਰਾਸਰ ਗਲਤ ਹੈ। ਉਹਨਾਂ ਨਾਲ ਹੀ ਇਹ ਵੀ ਕਿਹਾ ਕਿ ਉਹ ਇਸ ਬਾੜਬੰਦੀ ਨੂੰ ਲੈ ਕੇ ਮਾਣਯੋਗ ਹਾਈਕੋਰਟ ਦਾ ਸਹਾਰਾ ਲੈਣਗੇ। ਕਾਰਪੋਰੇਸ਼ਨ ਦਫ਼ਤਰ ਮੋਹਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਕੌਂਸਲਰ ਇੱਥੇ ਬੈਠੇ ਆ। ਤੁਹਾਨੂੰ ਪਤਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਸਾਡੇ ਕਾਰਪੋਰੇਸ਼ਨ ਦੀਆਂ ਇਲੈਕਸ਼ਨਸ ਆ ਰਹੀਆਂ ਵਾ, ਉਹਦੇ ਸਬੰਧ 'ਚ ਅੱਜ ਕੱਲ੍ਹ ਅਸੀਂ ਦੇਖਿਆ ਸੀ ਕਿ ਭਾਸਕਰ ਅਖਬਾਰ 'ਚ 12 ਤਰੀਕ ਦੀ ਅਖਬਾਰ ਆ, ਇਹਦੇ ਵਿੱਚ ਇੱਕ ਨੋਟਿਸ ਆਇਆ ਸੀ ਨੋਟੀਫਿਕੇਸ਼ਨ ਦਾ ਕਿ 9 ਤਰੀਕ ਨੂੰ ਇੱਥੇ ਨਕਸ਼ਾ ਲੱਗ ਚੁੱਕਾ ਫਗਵਾੜਾ ਕਾਰਪੋਰੇਸ਼ਨ 'ਚ। ਲੇਕਿਨ ਜਦੋਂ ਅਸੀਂ ਕੱਲ੍ਹ ਇੱਥੇ ਆਏ ਤਾਂ ਇੱਥੇ ਕੋਈ ਨਕਸ਼ਾ ਨਹੀਂ ਲੱਗਾ ਹੋਇਆ ਸੀ। ਅੱਜ ਅਸੀਂ ਸਵੇਰੇ ਇੱਥੇ ਕਮਿਸ਼ਨਰ ਨੂੰ ਮਿਲਣ ਆਏ ਹਾਂ, ਉਸ ਵੇਲੇ ਤੱਕ ਵੀ ਕੋਈ ਨਕਸ਼ਾ ਨਹੀਂ ਲੱਗਾ। ਆ ਹੁਣ ਅੱਜ 11:30 ਇਹ ਨਕਸ਼ਾ ਇਹਨਾਂ ਨੇ ਇੱਥੇ ਲਗਾਇਆ ਵਾ, ਇਹ ਬਹੁਤ ਧੱਕੇਸ਼ਾਹੀ ਹੋ ਰਹੀ ਆ।
ਫੁਆੜਾ ਦੇ ਲੋਕਾਂ ਨਾਲ ਬਹੁਤ ਧੱਕੇਸ਼ਾਹੀ ਆ। ਵਾਰਡਬੰਦੀ ਨੂੰ ਲੈ ਕੇ ਜਿਹੜੀ ਹੇਰਫੇਰ ਥੋੜੀ ਹੋਈ ਆ ਉਹਦਾ ਤੁਹਾਡਾ ਕੀ? ਵਾਰਡਬੰਦੀ ਚ ਕਈ ਵਾਰਡ ਇੱਦਾਂ ਦੇ ਆ ਜਿਹੜੇ ਐਸਸੀ ਆ ਉਹਨਾਂ ਨੂੰ ਜਨਰਲ ਕਰ ਦਿੱਤਾ ਗਿਆ ਵਾ, ਕਈ ਜਨਰਲ ਵਾਰਡ ਆ ਉਹਨਾਂ ਨੂੰ ਐਸਸੀ ਕਰ ਦਿੱਤਾ ਗਿਆ ਵਾ। ਕਈ ਵਾਰਡ ਇੱਦਾਂ ਦੇ ਆ ਜਿਹੜੇ ਪਹਿਲਾਂ ਇਕੱਠੇ ਸੀ ਥੋੜੇ ਏਰੀਏ ਚ ਸੀ, ਲੇਕਿਨ ਉਹ ਹੁਣ ਏਰੀਆ ਉਹਨਾਂ ਨੂੰ ਵਧਾ ਕੇ ਕਈ ਇਸ ਤਰ੍ਹਾਂ ਦੇ ਜਿੱਥੇ ਰੇਲਵੇ ਰੋਡ ਵਾਲੇ ਏਰੀਏ ਨੂੰ ਸਲਾਮਪੁਰਾ ਏਰੀਆ ਨਾਲ ਜੋੜ ਦਿੱਤਾ ਗਿਆ ਵਾ। ਬਹੁਤ ਜ਼ਿਆਦਾ ਧੱਕੇਸ਼ਾਹੀ ਕੀਤੀ ਗਈ, ਵਾਰਡਬੰਦੀ ਬਹੁਤ ਗਲਤ ਬਣਾਈ ਗਈ ਆ, ਜਿਹੜਾ ਇਹ ਨਕਸ਼ਾ ਵੀ ਲਗਾਇਆ ਗਿਆ ਵਾ ਇਹ 'ਚ ਕੋਈ ਕਲੀਅਰ ਨਹੀਂ ਹੈਗਾ। ਅਲੱਗ ਅਲੱਗ ਤਰ੍ਹਾਂ ਦੀਆਂ ਲਾਈਨਾਂ ਲਗਾ ਕੇ ਉਹਨਾਂ ਪੂਰਾ ਮਤਲਬ ਕਿ ਇਸ ਤਰ੍ਹਾਂ ਕੀਤਾ ਕਿ ਕਿਸੇ ਨੂੰ ਪਤਾ ਹੀ ਲੱਗੇ ਕਿ ਕਿਹੜਾ ਵਾਰਡ ਕਿਹਦੇ ਨੂੰ ਜਾ ਰਿਹਾ। ਕਮਿਸ਼ਨਰ ਸਾਹਿਬ ਦਫ਼ਤਰ ਬੰਦ ਕਰਕੇ ਦੌੜ ਗਏ ਜੀ, ਸਾਰੇ ਹੀ ਦੌੜ ਗਏ ਜੀ, ਇੱਥੋਂ ਸਾਰੇ ਅਸੀਂ ਮਿਲੇ ਸੀ, ਸਾਰੇ ਦਫ਼ਤਰ ਬੰਦ ਕਰਕੇ ਦੌੜ ਗਏ। ਸਾਨੂੰ ਕੋਈ ਨੋਟੀਫਿਕੇਸ਼ਨ ਦੀ ਕਾਪੀ ਨਹੀਂ ਦਿੱਤੀ, ਸਾਨੂੰ ਕੋਈ ਨਕਸ਼ੇ ਸੰਬੰਧੀ ਇਨਫੋਰਮੇਸ਼ਨ ਨਹੀਂ ਦਿੱਤੀ, ਸਾਨੂੰ ਤਾਂ ਅਖਬਾਰ ਵਿੱਚੋਂ ਪਤਾ ਲੱਗਿਆ ਜਦਕਿ ਇੱਥੇ ਕੋਈ ਲੱਗਿਆ ਨਹੀਂ ਸੀ। ਇੱਥੇ ਦੱਸ ਦਈਏ ਕਿ ਧਰਨਾ ਖਤਮ ਹੋਣ ਤੱਕ ਵੀ ਕੋਈ ਵੀ ਨਿਗਮ ਦਾ ਅਧਿਕਾਰੀ ਨਹੀਂ ਆਇਆ, ਤੇ ਜਦੋਂ ਦੋਵੇਂ ਪਾਰਟੀਆਂ ਦੇ ਨੇਤਾ ਇਤਰਾਜ਼ ਦੀਆਂ ਕਾਪੀਆਂ ਨਿਗਮ ਦੇ ਕਿਸੇ ਅਧਿਕਾਰੀ ਨੂੰ ਦੇਣ ਲਈ ਅੰਦਰ ਗਏ ਤਾਂ ਸਾਰਾ ਸਟਾਫ ਕੁਰਸੀਆਂ ਛੱਡ ਕੇ ਗਾਇਬ ਹੋ ਗਿਆ, ਜਿਸ ਦਾ ਵੀ ਸਾਬਕਾ ਕੌਂਸਲਰਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ।